ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਮਦੀਪ ਕਿਚਨ ਵਲੌਗ। ਅਤੇ ਅੱਜ ਬੱਚਾ ਪਾਰਟੀ ਆਈ ਆਪਣੇ ਨਾਨਕੇ, ਅਤੇ ਆ ਵੇਖੋ ਜੀ, ਕੋਈ ਸਕੂਟਰੀਆਂ 'ਤੇ ਆ, ਅੱਧੇ ਕੁ ਤੁਰ ਕੇ ਆ ਅਤੇ ਬਾਕੀ ਪਿੱਛੇ ਆ ਰਹੇ। ਹਾਂ, ਸ਼ਹਿਰ ਤੋਂ ਤਾਂ ਪਿੰਡ ਫਿਰ ਵਧੀਆ ਹੁੰਦੇ ਆ। ਅਤੇ ਸਾਰੇ ਜਣੇ ਚੱਲੇ ਆ ਜੀ ਨਹਿਰ 'ਤੇ, ਉੱਥੇ ਨਹਿਰ 'ਤੇ ਘੁੰਮ ਫਿਰ ਕੇ ਆਉਣਗੇ। ਨਾਲੇ ਤੁਹਾਨੂੰ ਆਪੇ ਉੱਥੇ ਇੱਕ ਅਦਭੁਤ ਨਲਕਾ ਦਿਖਾਵਾਂਗੇ, ਹੈ ਨਾ? ਅਦਭੁਤ ਹੀ ਹੋ ਗਿਆ ਉਹ, ਹੈ ਨਾ? ਕਿਉਂਕਿ ਉਸ ਨਲਕੇ 'ਤੇ ਲਓ ਜੀ ਆ ਵੇਖੋ। ਤੁਸੀਂ ਜਾਓ, ਆਪਾਂ ਤੁਰ ਕੇ ਆਉਂਦੇ ਆ। ਨਹੀਂ, ਮੈਂ ਚੱਲ ਜਾਂਦੀ ਇਹਦੇ ਨਾਲ, ਫਿਰ ਆਪਾਂ ਵੀ ਬੈਠਨੇ ਆ। ਆਪਾਂ ਥੋੜੀ ਦੇਰ ਬੈਠਨੇ ਆ। ਆ ਵੇਖ ਲਓ ਜੀ, ਹਾਂ, ਨਿਆਣਿਆਂ ਦੇ ਹਾਲ। ਮੈਂ ਬੈਠਾ ਪਹਿਲੀ ਵਾਰੀ ਜ਼ਿੰਦਗੀ 'ਚ ਬਹਿਣ ਲੱਗੇ ਮੇਰੇ ਪਿੱਛੇ। ਹਾਂ, ਮੈਂ ਬਿਲਕੁਲ ਪਹਿਲੀ ਵਾਰ ਬੈਠਣ ਲੱਗੀ। ਸਭ ਤੋਂ ਉੱਤਰ ਸਭ ਚੱਲਦਾ ਹੀ ਬਰੂ ਬਹਿਣ ਦੇ ਉਹਨੂੰ ਨਾ, ਪਤਾ ਇੰਨੇ ਜਾਣੇ ਨਹੀਂ ਜਾਏ ਜਾਂਦੇ। ਝਟਕੇ ਬੜੇ ਮਾਰਦੇ ਆ। ਮੈਂ ਕਦੀ ਝਟਕੇ ਮਾਰਦਾ? ਆ ਵੇਖ ਲਓ ਜੀ, ਆ ਕਿੰਨੇ ਜਾਣੇ, 4-5 ਜਾਣੇ। ਛੇਤੀ ਮਾਮਾ, ਛੇਤੀ, ਹੌਲੀ 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 ਹੌਲੀ। ਵਰੁਣ ਬੱਚੇ ਮੈਨੂੰ ਬਹਿਣ ਤੇ ਦਿੰਦੇ, ਕੀ ਕਰਦਾ? ਬੈਠੋ ਬੈਠੋ ਛੇਤੀ, ਐ ਪਹਿਲਾਂ ਪਹੁੰਚ ਲਵੋ। ਆਪਾਂ ਰੇਸ ਨਹੀਂ ਲਾਉਣੀ ਕੋਈ। ਓ ਵਾਹ ਗੁਰੂ, ਛੇਤੀ ਜੀ ਚਲੋ ਵੀ ਜੀ, ਬ੍ਰੂਮ ਬ੍ਰੂਮ ਕਰਕੇ ਉਹਨਾਂ ਦਾ ਪਹਿਲਾਂ ਵਰੁਣ ਹੌਲੀ ਬੱਚੇ। ਮੋਰ ਦੇਖਣੇ, ਮੋਰ ਮੋਰ ਇੱਧਰ ਪੈਲੀ ਚ ਹੁੰਦੇ ਆ, ਸਰੋਜ ਵੀ ਹੋ ਸਕਦੇ। ਤੇ ਜਾਣਾ ਅੱਗੇ ਨਹੀਂ ਜਾਣਾ, ਨਹਿਰ ਤੋਂ ਆਓ ਪਹਿਲਾਂ। ਕਹਿੰਦੇ ਪੋਲ ਮਾੜਾ ਜਿਹਾ, ਪੋਲ ਤੋਂ ਥੱਲੇ ਹੈ। ਮੈਨੂੰ ਵੇਖ ਕੇ ਡਰ ਕੇ ਲੱਗਦਾ ਕਿ ਇਹਦੇ ਭਾਰ ਨਾ ਸ਼ਾਇਦ। ਵੇਖੋ ਜੀ ਨਹਿਰਾਂ, ਅਤੇ ਇੱਥੇ ਜਿਹੜਾ ਬੋਰਡ ਵੀ ਬਹੁਤ ਵੱਡਾ ਆ। ਗਰਮੀਆਂ 'ਚ ਲੋਕ ਇੱਥੇ ਬਹਿੰਦੇ ਆ, ਠੰਡੀ ਛਾਂ ਆ। ਅਤੇ ਇੱਧਰ ਆ ਗਏ ਬੱਚੇ, ਇੱਧਰ ਪਾਣੀ ਆ। ਹਾਂ, ਲੈ ਕੇ ਆਓ, ਇੱਧਰ ਪਾ ਦਈਏ। ਇਹ ਜੀ ਲੰਗਰ ਇੱਥੇ ਚੱਲਦਾ ਪਿਆ ਆ। ਅਤੇ ਉਹ ਪਤਾ ਨਹੀਂ, ਸਾਡੇ ਜਦੋਂ ਅਸੀਂ ਅਖੰਡ ਪਾਠ ਰਖਵਾਏ ਸੀ, ਉਹਨਾਂ ਤੋਂ ਪਹਿਲਾਂ ਦਾ ਮਤਲਬ ਆਟਾ ਪਿਆ ਹੋਇਆ ਸੀ। ਸੋ ਅਸੀਂ ਸਾਰਾ ਆਟਾ ਚੱਕ ਕੇ ਅਤੇ ਅਸੀਂ ਇੱਥੇ ਲੈ ਆਏ ਹਾਂ ਕਿ ਚਲੋ ਇੱਥੇ ਪਾ ਦਾਂਗੇ, ਕਿਉਂਕਿ ਜਿਹੜਾ ਹੁੰਦਾ ਆ ਮਿੱਸਾ ਆਟਾ ਲੂਣ ਵਾਲਾ, ਥੋੜ੍ਹਾ ਖਰਾਬ ਹੋਇਆ ਸੀ ਅਤੇ ਇੱਥੇ ਅਸੀਂ ਪਾ ਰਹੇ ਹਾਂ। ਸਾਰੀ ਬੱਚਾ ਪਾਰਟੀ ਨਾਲ ਆਈ ਆ, ਵਰੁਣ ਚੁੱਕ ਕੇ ਲਿਆ ਰਿਹਾ, ਵਰੁਣ ਕੋਈ ਚੁੱਕਿਆ ਵੀ ਨਹੀਂ ਜਾ ਰਿਹਾ। ਬੱਚੇ ਪਿੱਛੇ ਰਿਹੋ, ਅੱਗੇ ਨਾ ਜਾਇਓ। ਲਿਫਾਫਾ ਕੱਢ ਕੇ, ਲਿਫਾਫਾ ਨਾ ਪਾਇਓ ਵਿੱਚ, ਅਤੇ ਸੁੱਟ ਦਿਓ ਆਟਾ ਵਿੱਚ ਪਾ ਦਿਓ। ਹੌਲੀ ਉਹ ਸੁੱਟ ਦੋ ਬੱਚੇ, ਕੀ ਉਹ ਇਹ ਸਾਰਾ ਤੁਸੀਂ ਉੱਤੇ ਸੁੱਟੀ ਜਾਣ ਦੇ ਜੇ। ਮੱਛੀਆਂ ਹੈਗੀਆਂ ਤੇ ਕਿਹੜੀ ਬੋਟ ਬਣ ਗਈ? ਆਟਾ ਤੇ ਉੱਥੇ ਰਹਿ ਗਿਆ, ਆਟਾ ਰੋਟੀਆਂ ਇੱਥੇ ਰਹਿ ਗਈਆਂ। ਚਲੋ ਆ ਜਾਓ, ਆ ਜਾਓ ਉਧਰ ਅੱਗੇ ਆ ਜਾਓ। ਗੁਰਤੇਗ, ਮੇਰੀ ਗੱਲ ਸੁਣੋ, ਇੱਧਰ ਕਲੀਅਰ ਆਉਂਦੀ ਫੋਟੋ? ਇੱਥੇ ਸਾਰੇ ਜਣੇ ਖਲੋ, ਇੱਧਰ ਸਾਰੇ ਜਣੇ ਖਲੋ, ਤੁਹਾਡੀ ਫੋਟੋ ਲਵਾਂ। ਗੁਰਤੇਗ ਇੱਥੇ ਰਿਹੋ, ਲਓ ਜੀ ਬੱਚਾ ਪਾਰਟੀ ਇੱਥੇ ਆ ਕੇ ਤੇ ਬਹੁਤੇ ਹੀ ਇੰਜੋਏ ਕਰ ਰਹੀ ਆ। ਪਿੰਡ ਨਾਨਕਾ ਇਹ ਬਹੁਤ ਹੀ ਪੁਰਾਣਾ, ਬਹੁਤ ਪੁਰਾਣਾ ਬੋਰਡ ਆ। ਬੋਰਡ ਇਹਦੀ ਥੋੜ੍ਹੀ ਜਿਹੀ ਰਿਪੇਅਰ ਕੀਤੀ ਆ, ਤੁਸੀਂ ਦੇਖ ਸਕਦੇ ਜੀ ਇੱਥੇ ਚੜੇ ਆ। ਇਹ ਪਾਣੀ ਇੰਨਾ ਵਧੀਆ, ਦੂਰੋਂ ਦੂਰੋਂ ਲੋਕ ਇੱਥੋਂ ਪਾਣੀ ਲਾਗੇ ਘੱਟੋ ਘੱਟ ਵੀ 10-10 ਪਿੰਡਾਂ ਤੋਂ ਪਾਣੀ ਲੈਣ ਆਉਂਦੇ ਆ। ਹੁਣ ਵੀ ਤੁਸੀਂ ਦੇਖ ਸਕਦੇ ਇੱਥੇ ਪਾਣੀ ਭਰਦੇ ਪਏ ਆ। ਅੰਕਲ ਕਿੱਥੋਂ ਆਏ ਤੁਸੀਂ?
ਆਲੋ ਜੀ ਦੂਸਰੇ ਪਿੰਡ ਤੋਂ ਪਾਣੀ ਭਰਨ ਆਏ ਆ ਰੋਜ਼ ਇੱਥੇ ਲੈ ਕੇ ਜਾਂਦੇ ਜੇ ਮੈਂ ਜੀ 14 ਸਾਲ ਤੋਂ ਪਾਣੀ ਇੱਥੋਂ ਖਣ ਲਿਆ ਅੱਛਾ 21 ਸਾਲ ਹੋ ਗਏ ਅੱਛਾ ਉਦੋਂ ਤੋਂ ਪਾਣੀ ਖਰਾਬ ਲੱਗਾ ਤੇ ਉਦੋਂ ਤੋਂ ਆਉਣ ਲੱਗਾ ਸਭ ਤੋਂ ਪਹਿਲਾਂ ਤੇ ਉਦੋਂ ਲੋਕੀ ਮੁਕਾਬਲ ਕਰਦੇ ਵੀ ਪਾਣੀ ਚਾਹ ਕਿੱਥੋਂ ਆਇਆ ਮੈਂ ਆਸ ਨਾਲ ਦੁੱਧ ਲੈ ਕੇ ਆਇਆ ਅੱਛਾ ਜੀ ਤੇ ਹੁਣ ਸਾਰੀ ਦੁਨੀਆ ਹੀ ਇੱਥੋਂ ਖਾਂਦੀ ਸਾਰੀ ਦੁਨੀਆ ਬਿਲਕੁਲ ਇੱਥੇ ਤੇ ਲਾਈਨਾਂ ਲੱਗੀਆਂ ਹੁੰਦੀਆਂ ਦੂਰ ਤੱਕ ਹਾਂਜੀ ਸਾਰ ਤੱਕ ਇੱਧਰ ਦੂਰ ਦੂਰ ਤੱਕ ਪਾਣੀ ਜਾਂਦਾ ਹਾਂਜੀ ਗੱਡੀ ਲੰਘਦੀ ਲੈ ਜਾਂਦੀ ਹਾਂਜੀ ਜਿਹੜਾ ਜਾਂਦਾ ਬਿਲਕੁਲ ਠੀਕ ਆ ਆਪਾਂ ਉੱਥੇ ਗੁਰਦੁਆਰੇ ਆ ਤੇ ਗੁਰਦੁਆਰੇ ਅਖੰਡ ਪਾਠ ਸਾਹਿਬ ਧਰਾਏ ਆ ਤੇ ਪਾਣੀ ਇੱਥੋਂ ਲੈ ਕੇ ਜਾਂਦੇ ਆ ਵੀ ਪੀਣ ਵਾਸਤੇ ਫਿਲਟਰ ਨਾਲੋਂ ਵਧੀਆ ਹਾਂਜੀ ਫਿਲਟਰ ਨਾਲੋਂ ਵੀ ਵਧੀਆ ਜੀ ਫਿਲਟਰ ਦਾ ਪਾਣੀ ਵੀ ਇੰਨਾ ਟੇਸਟ ਨਹੀਂ ਜਿੰਨਾ ਇਹਦਾ ਟੇਸਟ ਹਾਂਜੀ ਪਹਿਲਾਂ ਅਸੀਂ ਨਹਿਰਾਂ ਜਿਹੜੀਆਂ ਬੜੀਆਂ ਸਾਫ਼ ਸੁਥਰੀਆਂ ਹੁੰਦੀਆਂ ਇਹਦੇ 'ਚ ਪਾਣੀ ਆਉਂਦਾ ਸੀ ਬੜਾ ਵਧੀਆ ਮਤਲਬ ਉਦੋਂ ਪੈੜੀਆਂ ਵੇਡੀਆਂ ਸਾਫ਼ ਸੁਥਰੀਆਂ ਹੁੰਦੀਆਂ ਸੀ ਹਾਂਜੀ ਸਾਰੀਆਂ ਚੱਲਦੀਆਂ ਸੀ ਹਾਂਜੀ ਉਹਦੇ ਰਸਤੇ ਬੰਦ ਹੋ ਗਏ ਸਾਰੇ ਹਾਂਜੀ ਹਾਂਜੀ ਸੜਕਾਂ ਬਣੀਆਂ ਮੰਮੀ ਜੀ ਹਾਂਜੀ ਬੱਚੇ ਉਹ ਮੈਂ ਉਹੀ ਹੋਈ ਮੈਂ ਚਾਰ ਬੰਦਨ ਲੱਗਾ ਹਾਂਜੀ ਹਾਂਜੀ ਪਿੰਡ ਰਿਆਲੀ ਹੈ ਪਰ ਅਸੀਂ ਹੁਣ ਗੁਰਦਾਸਪੁਰ ਤੋਂ ਆਏ ਹਾਂ ਜੀ ਹਾਂਜੀ ਨਾਨਕੇ ਬੱਚਿਆਂ ਦੇ ਇੱਥੇ ਆ ਪਰ ਇਹ ਮਿੱਠੀ ਬੋਰਡ ਦੀਆਂ ਇੱਕ ਹੁੰਦੀ ਇੱਕ ਪਿੱਪਲ ਦੀ ਕਿਹਦੀਆਂ ਹੁੰਦੀਆਂ ਇੱਕ ਖਾ ਵੀ ਲਈਦੀਆਂ ਪਾਣੀ ਪੀ ਲਓ ਬੱਚੇ ਇੱਥੋਂ ਪਾਣੀ ਬਹੁਤ ਵਧੀਆ ਬੱਚੇ ਮਿਨਰਲ ਵਾਟਰ ਆ ਸ਼ਹਿਰ ਚ ਸ਼ਹਿਰ ਚ ਪੀਓ ਪੀਓ ਮੈਂ ਵੀ ਪੀਨੀ ਆ ਵਰੁਣ ਪਾਣੀ ਪੀ ਲਾ ਮੈਂ ਤੇ ਗੇੜ ਮੈਂ ਪੀਨੀ ਬੜਾ ਵਧੀਆ ਪਾਣੀ ਪਾਣੀ ਪੀਓ ਜਿੰਨੇ ਪੀਣਾ ਚਲੋ ਫਿਰ ਚੱਲੀਏ ਹੁਣ ਇਹ ਗੋਲਾਂ ਹੀ ਇਹਨੂੰ ਕਹਿੰਦੇ ਆ ਇਹਦੀਆਂ ਵੀ ਹੁੰਦੀਆਂ ਆ ਬੋਰਡ ਦੀਆਂ ਟੁੱਟਣੀਆਂ ਇਹ ਗਮ ਨਿਕਲਦੀ ਇਹ ਚੋਂ ਦੁੱਧ ਨਿਕਲਦਾ ਆ ਚਲੋ ਆਓ ਚੱਲੀਏ ਹੁਣ ਫਿਰ ਹਾਂਜੀ ਇਹ ਟੁੱਟ ਵੀ ਜਾਂਦੇ ਹੁੰਦੇ ਆ ਬੱਚੇ ਇਹ ਨਹੀਂ ਉਹ ਦੂਜੇ ਵਾਲਾ ਨਾ ਜਿਹੜੀਆਂ ਹੁੰਦੀਆਂ ਦਾੜੀ ਜੀ ਹੁੰਦੀ ਆਹ ਨਹੀਂ ਟੁੱਟਦੀ ਆਹ ਵਾਲੀ ਚੀਜ਼ ਜਿਹੜੀ ਹੈ ਨਾ ਇਹ ਤੇ ਲਮਕੇ ਇਹ ਨਹੀਂ ਟੁੱਟਦੀ ਪਰ ਉਹ ਦਾੜੀਆਂ ਟੁੱਟ ਜਾਂਦੀਆਂ ਇਹਨੂੰ ਕਹਿੰਦੇ ਦਾੜੀ ਕੌਣ ਤੈਨੂੰ ਕਿਸੇ ਨੂੰ ਕਿਹਨੂੰ ਕਹੀਏ ਨਹੀਂ ਬੱਚੇ ਇੱਥੇ ਨਹੀਂ ਚੜਾਇਆ ਜਾਂਦਾ ਚੱਲ ਆ ਜਾ ਮੈਂ ਕਹਿੰਦੀ ਹਾਂ ਭਲਾ ਆਹੋ ਰਾਹ ਵੀ ਇੱਧਰ ਆਓ ਬੱਚੇ ਵਰੁਣ ਇਹਨੂੰ ਚੁੱਕੀ ਆ ਚੱਲ ਸਕੂਟਰੀ ਤੇ ਚੜ ਕੇ ਇੱਥੇ ਚੜ ਕੇ ਲਮਕਲਾ ਇਹਨੇ ਇਹਦੇ ਨਾਲ ਲਮਕਣਾ ਆ ਥੋੜੀ ਜਿਹੀ ਅੱਗੇ ਕਰਕੇ ਬਸ ਕੀ ਬਸ ਇੱਕ ਮਿੰਟ ਉੱਤੇ ਖੜਾ ਹੋ ਜਾਣਾ ਦੋਵਾਂ ਹੱਥਾਂ ਨਾਲ ਘੁੱਟ ਕੇ ਫੜੀ ਇਹਨੂੰ ਫਿਰ ਚਲੋ ਤੇ ਜੇ ਥੱਲੇ ਚਲੋ ਪਿੱਛੇ 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 ਵਿੱਚ ਚਲੋ ਜੀ ਲਮਕਿਆ ਰਹਿ ਹੁਣ ਲਮਕਿਆ ਰਹਿ ਲੰਬਾ ਹੋ ਜਾਏਗਾ ਲੈ ਡਿੱਗ ਵੀ ਪਿਆ ਕਿਹਦੇ ਵਾਂਗੂ ਉਹ ਕੀ ਹੁੰਦਾ ਤਾਰਜ਼ਨ ਚਲੀਏ ਹੁਣ ਉਹ ਉੱਥੋਂ ਆ ਜਿਹੜਾ ਸਾਹਮਣੇ ਉਹਨਾਂ ਨੇ ਪਾਪਾ ਹੋਣਾ ਨੇ ਉਹਨਾਂ ਨੇ ਪਾਪੇ ਹੀ ਹੁਣ ਕਿਹੜਾ ਕਿੰਨਾ ਰੌਲਾ ਪਾਇਆ ਉੱਥੇ ਜਾ ਕੇ ਚਲੋ ਚਲੀਏ ਹੁਣ ਇਹ ਹੱਥ ਵੀ ਖਰਾਬ ਹੋ ਜਾਂਦੇ ਹੁੰਦੇ ਸਾਵਲ ਗੁੱਟੇਗ ਕਿਹਦੇ ਚੋਂ ਇਹ ਗਮ ਹੀ ਆ ਬੱਚੇ ਇਹ ਤੇ ਧਾਗਾ ਤੇ ਨਿਕਲਿਆ ਪਰ ਗਮ ਕਿਤੇ ਮੂੰਹ ਤੇ ਲਾ ਲਈ ਹਾਂ ਅਮੇਜ਼ਿੰਗ ਆ ਵੀ ਸਾਵਲ ਹੀ ਅਮੇਜ਼ਿੰਗ ਆ
ਚੱਲ ਵਰੂਨ ਇਹਨੂੰ ਇੱਕ ਵਾਰੀ ਫੇਰ ਲਮਕਾ ਦੇ ਉਹਨੂੰ ਚੰਗਾ ਲੱਗਣਾ ਚੁੱਕ ਕੇ ਯੇ ਹੋਰ ਉੱਤੇ ਅੱਛਾ ਇੱਥੇ ਫਿਰੋ ਇੱਧਰ ਲੋ ਤੇ ਗੰਨੋ सावल कुछ करना बड़ा चंगा लगता चंगी तरह दोनों हाथों ना फड़ लो पिछे पिछे दोवे हाथों ना फड़ ला ना चंगी तरह वरुण पिछे हो जा रहा होर पिछे हो जा इन्हें चंगी तरह फड़िया नहीं वरुण एक मिनट फड़ लेंदे फिर थले तो थले हो जी ना आप चल पिछे हो जा वरुण थले दी थले निकल जा रहा छड़ दे इनू चल लमकिया रहा हुण दो मिनट दो सैकेंड नहीं लमकदा तो फिर गुरदेव तुसी भी लमकना चलो फिर चलिए चलो 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 है चलिए सावल शिप चलती होनी है आ वाली जड़ी शिप है छोटे वाली नहर जड़ी आ निक्की जी एदे च मैं छोटी हुंदे अपन हुंदे हुंदे सी इत्थे ते वड्डे वाली च जड़ी वड्डी है ओदे च मां बिके मामू नट्टी मामू नी सारे उत्थे नहांदे सी नहर तो की चलेंगे चलो इधर चलिए हुण सावल नु ते ना राजी नहीं आउंदा है चलो आओ बैठो अच्छा वो सुक्की दस्ता क्यों मम्मी जी मैंने बता क्योंकि पीछे होती थे दो स्टार्ट ओ हो देखिया किन्नी तेज दुनिया जाती है तो चलो बच्चे ਪਿੱਛੋਂ ਵਿੰਟਰ ਚ ਉਹ ਆਈਸ ਨਾ ਜਦੋਂ ਪਸਨੋ ਹੀ ਸਾਹਮਣੇ ਚਲੋ ਤੇ ਉਹ ਪੂਰੀ ਜੰਮ ਜਾਂਦੀ ਹੈ ਦੇਖੋ ਲੜਦੇ ਕਿਤਰਾ ਸਾਵਲ ਲਓ ਜੀ ਆ ਫੇਰ ਆ ਗਿਆ ਵਿਖਲੋ ਤੁਹਾਡੇ ਵੇਖਦਿਆਂ ਵੇਖਦਿਆਂ ਇੱਕ ਬੰਦਾ ਹੋਰ ਆ ਗਿਆ ਪਾਣੀ ਭਰਨ ਸੋ ਪਾਣੀ ਬਹੁਤ ਹੀ ਵਧੀਆ ਹੈ ਬਹੁਤ ਹੀ ਜ਼ਿਆਦਾ जप तू चल जा मैं तुर के आ जानी तुम जाओ तुम सारे जाओ मैं तुर के चल ठीक है भाई उन्हें सुटना तुम अमृत न दूसरे पिंडा तो पानी लैन आते इना वधिया पानी है हां हौली हौली वरुण हौली वरुण हौली ਉਹ ਕਾਨੂੰ ਕਿਤੇ ਛੱਡਣ ਲੱਗਾ ਨਹੀਂ ਮੈਨੂੰ ਡਰ ਲੱਗਦਾ ਹੌਲੀ ਵਿੱਚ ਜਾਣਾ ਚਾਹੀਦਾ